ਅਸੀਂ ਤਨ ਦੇ ਲੈਵਲ ਤੇ ਔਰ ਮਨ ਦੇ ਲੈਵਲ ਤੇ ਜਿਉਂਦੇ ਆ ਤਾਂ ਮੈਨੂੰ ਲੱਗਦਾ ਕਿ ਜਦੋਂ ਮਾਰਫਤ ਦੀ ਗੱਲ ਹੁੰਦੀ ਹੈ ਨਾ ਬਾਈ, ਫਕੀਰੀ ਦੀ ਗੱਲ ਹੁੰਦੀ ਹੈ ਤਾਂ ਉੱਥੇ ਬੇਪਰਵਾਹੀ ਆਉਂਦੀ ਹੈ। ਦੁਨਿਆਵੀ ਲੈਵਲ ਤੇ ਜ਼ਰੂਰ ਅਸੀਂ ਕਈ ਵਾਰੀ ਲਾਪਰਵਾਹ ਵੀ ਹੋ ਜਾਂਦੇ ਹਾਂ, ਪਰ ਇੱਧਰ ਬੇਪਰਵਾਹੀ ਹੈ। ਸੋ ਮੈਨੂੰ ਲੱਗਦਾ ਜਿਹੜੇ ਇਸ ਤਰ੍ਹਾਂ ਦੇ ਫੈਸਟ ਹੁੰਦੇ ਆ, ਸੋ ਬਹੁਤ ਕੁਛ ਦੇਣਗੇ ਆਡੀਅੰਸ ਨੂੰ, ਸਰੋਤਿਆਂ ਨੂੰ, ਪੰਜਾਬ ਨੂੰ ਬਹੁਤ ਕੁਛ। ਬਾਕੀ ਜੇ ਮੈਂ ਵਿਰਾਸਤ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਾਂ ਤਾਂ ਸਾਡਾ ਮੁੱਢ ਕਦੀਮੀ ਸਾਡਾ ਵਿਰਸਾ ਹੀ ਇਹ ਹੈ ਜਿੱਥੇ ਬੈਠ ਕੇ ਅਸੀਂ ਹੱਕ ਹਕੀਕਤ ਦੀ ਗੱਲ ਕਰਦੇ ਸੀ। ਸੋ ਜੇ ਗਵਰਨਮੈਂਟ ਨੇ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਲਿਆ ਅਤੇ ਸਾਨੂੰ ਇਸ ਤਰ੍ਹਾਂ ਦੇ ਫੈਸਟੀਵਲ ਅਰੇਂਜ ਕਰਕੇ ਦਿੱਤੇ ਤਾਂ ਬਹੁਤ ਸੋਹਣੀ ਗੱਲ ਹੈ। ਅਤੇ ਬਾਕੀ ਜਿਸ ਸ਼ਹਿਰ 'ਚ ਔਰ ਜਿਸ ਜ਼ਿਲ੍ਹੇ 'ਚ ਹੋ ਰਿਹਾ ਹੈ ਇਹ ਹੋਰ ਵੀ ਖੂਬਸੂਰਤ ਗੱਲ ਹੈ, ਕਿਉਂਕਿ ਸਾਨੂੰ ਤਾਂ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਇਹ ਸਾਡਾ ਮਿੰਨੀ ਪਾਕਿਸਤਾਨ ਹੈ, ਕਿ ਇੱਥੇ ਗਵੱਈਏ ਮੁੱਢ ਕਦੀਮੋਂ ਅਸੀਂ ਜਦੋਂ ਕਾਲਜਾਂ ਯੂਨੀਵਰਸਿਟੀਆਂ 'ਚ ਵੀ ਪੜ੍ਹਦੇ ਸੀ ਤਾਂ ਉਦੋਂ ਇੱਥੋਂ ਦੇ ਕਵਾਲਾਂ ਬਾਰੇ ਅਕਸਰ ਸੁਣਦੇ ਸੀ। ਤਾਂ ਉਹ ਸਾਰੀ ਵਿਧ ਇੱਥੋਂ ਹੀ ਚੱਲੀ ਹੈ ਮੇਰੇ ਖਿਆਲ 'ਚ। ਪੰਜਾਬ 'ਚੋਂ ਗੱਲ ਇੱਧਰਲੇ ਪੰਜਾਬ 'ਚੋਂ ਗੱਲ ਕਰੀਏ ਤਾਂ ਬੜੀ ਸੋਹਣੀ ਗੱਲ ਹੈ, ਉਹਨਾਂ ਪਿਓ ਦਾਦਿਆਂ ਦੀ ਮਿੱਟੀ 'ਚ ਆ ਕੇ ਉਸ ਜੜ 'ਚ ਆ ਕੇ ਇਸ ਤਰ੍ਹਾਂ ਦੇ ਫੈਸਟੀਵਲਾਂ ਦਾ ਹੋਣਾ ਅੱਜ ਦੀ ਸਾਡੀ ਯੰਗ ਜਨਰੇਸ਼ਨ ਨੂੰ ਬਹੁਤ ਕੁਛ ਦੇਊਗਾ, ਕਿਉਂਕਿ ਬਹੁਤ ਕੁਛ ਪਰੋਸਿਆ ਜਾ ਰਿਹਾ। ਅੱਜ ਜਦੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਬੜੇ ਹੋਰ ਤਰ੍ਹਾਂ ਦੇ ਜਾਨਰਸ ਦੇ ਵਿੱਚ ਹੋਰ ਤਰ੍ਹਾਂ ਦੇ ਦੀਆਂ ਲਿਖਤਾਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਤਾਂ ਉੱਥੇ ਮੈਨੂੰ ਲੱਗਦਾ ਕਿ ਪਾਣੀ ਪਾਉਣ ਦਾ ਕੰਮ ਕਰੂਗਾ। ਅਤੇ ਮੈਂ ਤਾਂ ਬਹੁਤ ਖੁਸ਼ ਹੈ ਅੱਜ ਪਰਸਨਲੀ ਵੀ ਇਹ ਇਸ ਤਰ੍ਹਾਂ ਦੇ ਫੈਸਟੀਵਲ ਦੇ ਵਿੱਚ ਪਰਫੋਰਮ ਕਰਕੇ। ਅਤੇ ਪਰ ਇਹ ਕਾਫਲਾ ਬਣਨਾ ਚਾਹੀਦਾ, ਇਹ ਚੇਨ ਬਣਨੀ ਚਾਹੀਦੀ ਹੈ। ਮੈਨੂੰ ਲੱਗਦਾ ਪੰਜਾਬ 'ਚ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਇਹ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਬਾਈ ਜੀ। ਤੁਸੀਂ ਦੇਖਿਆ ਜੀ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਇੱਥੇ ਸੂਫੀ ਫੈਸਟੀਵਲ ਕਰਵਾਇਆ ਗਿਆ, ਤਰਨ ਤਾਰਨ ਦੇ ਵਿੱਚ ਛਿੰਝ ਮੇਲਾ ਕਰਵਾਇਆ ਗਿਆ, ਮਾਨਸਾ ਦੇ ਵਿੱਚ ਟਿੱਬਿਆਂ ਦਾ ਮੇਲਾ ਕਰਵਾਇਆ ਗਿਆ, ਇਹ ਮਤਲਬ ਇਹ ਤੁਸੀਂ ਇਹਨਾਂ ਬਾਰੇ ਪੂਰੇ ਪ੍ਰੋਗਰਾਮਾਂ ਬਾਰੇ ਕੀ ਕਹਿਣਾ ਚਾਹੋਗੇ? ਹਾਂ ਬਾਈ, ਮੈਂ ਇਵਨ ਮੈਂ ਤਾਂ ਆਪਣਾ ਨਹਿਰੂ ਕਾਲਜ ਤੋਂ ਗਾ ਕੇ ਵੀ ਆਇਆ। ਠੀਕ ਹੈ। ਟਿੱਬਿਆਂ ਦੇ ਮੇਲੇ 'ਚ ਉਹਨਾਂ ਨੇ ਮੈਨੂੰ ਗਾਉਣ ਵਾਸਤੇ ਬੁਲਾਇਆ ਸੀ ਤਾਂ ਉੱਥੇ ਮੈਂ ਸਾਡੇ ਜਿਹੜੇ ਕੈਬਨਿਟ ਮਿਨਿਸਟਰ ਨੇ ਮੈਡਮ ਮਾਨ, ਮੈਂ ਉਹਨਾਂ ਨੂੰ ਮਿਲਿਆ ਵੀ ਉੱਥੇ, ਸਾਡੀਆਂ ਕੋਈ 5-7 ਮਿੰਟ ਗੱਲਾਂ ਨਹੀਂ ਹੋਈਆਂ। ਸੋ ਉਹਨਾਂ ਵੱਲੋਂ ਵੀ ਬੜੀ ਪੋਜ਼ਿਟਿਵ ਵਾਈਬ ਸੀ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ, ਮੇਰੇ ਖਿਆਲ 'ਚ 12 ਪ੍ਰੋਗਰਾਮ ਤਾਂ ਆਲਰੇਡੀ ਕਹਿੰਦੇ ਸੀ ਅਸੀਂ ਔਰਗਨਾਈਜ਼ ਕੀਤੇ ਪੰਜਾਬ ਦੇ ਵਿੱਚ ਸਾਰੇ। ਸੋ ਬੜੀ ਸੋਹਣੀ ਗੱਲ ਹੈ, ਬੜੀ ਸੋਹਣੀ ਗੱਲ ਹੈ। ਜਿਸ ਧਰਤੀ ਨੂੰ ਜਿਸ ਨਾਂ ਨਾਲ ਜਾਣਿਆ ਜਾਂਦਾ, ਸਾਡੇ ਬਜ਼ੁਰਗਾਂ ਨੇ ਜੋ ਨਾਂ ਦਿੱਤੇ, ਹੁਣ ਜਿਵੇਂ ਜਦੋਂ ਗੂੜ ਮਾਲਵੇ ਨਹੀਂ ਜਾਂਦੇ ਤਾਂ ਅਸੀਂ ਟਿੱਬਿਆਂ ਵਾਲੇ ਪਿੰਡ ਕਹਿੰਦੇ ਤਾਂ ਉੱਥੇ ਟਿੱਬਿਆਂ ਦਾ ਮੇਲਾ ਹੀ ਬਣਦਾ ਸੀ। ਸੋ ਜਦੋਂ ਆਹ ਜਿਹੜੀ ਕਵਾਲਾਂ ਦੀ ਧਰਤੀ ਹੈ, ਗਵਾਈਆਂ ਦੀ ਧਰਤੀ ਹੈ, ਤਾਂ ਇੱਥੇ ਜਦੋਂ ਸੂਫੀਜ਼ਮ ਨੂੰ ਲੈ ਕੇ ਅਸੀਂ ਜਦੋਂ ਫੈਸਟੀਵਲ ਕਹਿੰਦੇ ਇੱਥੇ ਸਾਡੀ ਸ਼ੋਭਾ ਹੋਰ ਮਾਣ ਹੋਰ ਵੱਧਦਾ। ਸੋ ਮੈਨੂੰ ਲੱਗਦਾ ਕਿ ਇਹ ਕਾਫਲਾ ਇੱਦਾਂ ਹੀ ਚੱਲਣਾ ਚਾਹੀਦਾ, ਬਹੁਤ ਸਾਰੇ ਪ੍ਰੋਗਰਾਮ ਇੱਦਾਂ ਦੇ ਹੋਣੇ ਚਾਹੀਦੇ। ਨੌਜਵਾਨਾਂ ਨੂੰ ਸੂਫੀ ਸੰਗੀਤ ਨਾਲ ਜੁੜਨ ਬਾਰੇ ਕੀ ਸੰਦੇਸ਼ ਦਿਓਗੇ? ਬਿਲਕੁਲ ਬਾਈ, ਇਹ ਸਾਡੀ ਆਤਮਾ ਦਾ ਸਕੂਨ ਹੈ। ਠੀਕ ਹੈ, ਅਸੀਂ ਵੀ ਭਾਵੇਂ ਇਹਦੇ 'ਚ ਇੱਕ ਬਿਜ਼ਨਸ 'ਚ ਹੈ ਕਿ ਪੈਸਾ ਵੀ ਕਮਾਉਣੇ ਆ, ਬਹੁਤ ਕਮਾਉਣੇ ਆ, ਪਰ ਬੜੀਆਂ ਚੀਜ਼ਾਂ ਜ਼ਿੰਦਗੀ 'ਚ ਨੇੜੇ ਹੋ ਕੇ ਦੇਖੀਆਂ। ਜਦੋਂ ਦਾ ਮਹਾਰਾਜ ਨੇ ਇਸ ਘਰ ਦੀ ਗਾਇਕੀ ਬਖਸ਼ੀ ਹੈ, ਜਦੋਂ ਜਦੋਂ ਸਭ ਤੁਹਾਨੂੰ ਆਤਮਿਕ ਲੈਵਲ 'ਤੇ ਜਿਹੜੇ ਲੋਕ ਜੇ ਆਉਂਦੇ ਆ ਉਹ ਸਾਨੂੰ ਆ ਕੇ ਅਸੀਸਾਂ ਦਿੰਦੇ ਆ ਕਿ ਪੁੱਤ ਮੇਰੀ ਉਮਰ ਵੀ ਤੈਨੂੰ ਲੱਗ ਜੇ, ਕੋਈ ਸਿਰ 'ਤੇ ਆ ਕੇ ਕੋਈ ਮਾਂ 70 ਸਾਲ ਦੀ ਜਦੋਂ ਹੱਥ ਰੱਖਦੀ ਹੈ, ਕਈ ਵਾਰ ਲੱਗਦਾ ਹੁੰਦਾ ਸਿਰ ਛੋਟਾ ਪੈ ਗਿਆ, ਹੱਥ ਵੱਡੇ ਹੋ ਗਏ, ਅਤੇ ਬਹੁਤ ਮਾਣ ਇਸਦਾ ਸਤਿਕਾਰ ਮਿਲਦਾ ਇਸ ਗਾਇਕੀ ਤੋਂ। ਸੋ ਨੌਜਵਾਨਾਂ ਨੂੰ ਵੀ ਜਿਵੇਂ ਅੱਜ ਕੱਲ੍ਹ ਦੇ ਖਿਆਲਾਂ ਦੀ ਇੰਨੀ ਰਸ਼ੀ ਜ਼ਿੰਦਗੀ ਹੈ, ਅਤੇ ਉਹਨਾਂ ਨੂੰ ਵੀ ਕਹਿੰਦਾ ਕਿ ਬੇਬੇ ਆਬਿਦਾ ਪ੍ਰਵੀਨ ਹੋਰਾਂ ਨੂੰ ਸੁਣਿਆ ਕਰੋ, ਸਾਈਂ ਜ਼ਹੂਰ ਹੋਰਾਂ ਨੂੰ ਸੁਣਿਆ ਕਰੋ, ਹੋਰ ਜਿੰਨੇ ਵੀ ਪੁਰਾਣੇ ਸਾਡੇ ਗਵਾਈ ਹੈ ਜਿਨ੍ਹਾਂ ਨੇ ਮਾਰਫਤ ਦੀ ਗਾਇਕੀ ਗਾਈ ਹੈ, ਉਹ ਭਾਵੇਂ ਉੱਧਰਲੇ ਪੰਜਾਬ 'ਚੋਂ ਭਾਵੇਂ ਇੱਧਰਲੇ ਪੰਜਾਬ 'ਚੋਂ, ਚੰਗਾ ਗਾਣਾ ਸੁਣੋ ਅਤੇ ਇਸ ਪਾਸੇ ਆਓ, ਤੁਹਾਨੂੰ ਮਨ ਦੇ ਲੈਵਲ 'ਤੇ ਵੀ ਔਰ ਤਨ ਦੇ ਲੈਵਲ 'ਤੇ ਵੀ ਸਕੂਨ ਮਿਲੂਗਾ ਜੀ। ਬਹੁਤ ਬਹੁਤ ਧੰਨਵਾਦ।